ਕਾਸ਼ੀ ਦੇ ਸਹਸਤਰਾਲ ਦੇ ਟਰੈਕ ਤੇ ਫਸੇ ਹੋਏ ਟਰੈਕਰਸ ਨੂੰ ਬਚਾਉਣ ਲਈ ਰੈਸਕਿਊ ਟੀਮਸ ਤੇ SDRF ਟੀਮ ਨੇ ਹੁਣ ਤੱਕ 10 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ। ਲੋਕਾਂ ਨੂੰ ਰੈਸਕਿਊ ਕਰਨ ਦੇ ਲਈ SDRF ਤੇ ਵਣ ਵਿਭਾਗ ਦੀ ਰੈਸਕਿਊ ਦਲ ਵੱਖ-ਵੱਖ ਦਿਸ਼ਾਵਾਂ ਤੋਂ ਘਟਨਾ ਸਥਾਨ ਤੇ ਪਹੁੰਚੇ। ਦੱਸਣਾ ਬਣਦਾ ਹੈ ਕਿ ਉੱਤਰਾਖੰਡ ਦੇ ਉੱਤਰਕਾਸ਼ੀ 'ਚ 4400 ਮੀਟਰ ਦੀ ਉਚਾਈ ਤੇ ਮੌਜੂਦ ਸਹਸਤਰਾਲ ਟ੍ਰੇਨਿੰਗ ਰੂਟ ਤੇ ਗਏ 22 ਲੋਕਾਂ ਦੇ ਵਿੱਚੋਂ ਠੰਡ ਦੇ ਕਾਰਨ 5 ਦੀ ਮੌਤ ਹੋ ਗਈ ਤੇ ਹੁਣ ਦਲ ਦੇ 13 ਮੈਂਬਰਾਂ ਨੂੰ ਰੈਸਕਿਊ ਕਰ ਲਿਆ ਗਿਆ ਅਤੇ ਫਸੇ ਹੋਏ 4 ਟਰੈਕਰਸ ਦੇ ਲਈ ਰੈਸਕਿਊ ਅਭਿਆਨ ਜਾਰੀ ਹੈ, ਪਰ ਮੌਸਮ ਖਰਾਬ ਹੋਣ ਕਾਰਨ ਰੈਸਕਿਊ ਆਪਰੇਸ਼ਨ ਦੇ ਵਿੱਚ ਦਿੱਕਤ ਆ ਰਹੀ ਹੈ। ਇਸ ਦਲ 'ਚ 18 ਟਰੈਕਰਸ, ਕਰਨਾਟਕ, ਇੱਕ ਮਹਾਰਾਸ਼ਟਰ ਅਤੇ ਬਾਕੀ 3 ਲੋਕਲ ਗਾਈਡ ਸਨ। ਘਟਨਾ 'ਚ ਮਰਨ ਵਾਲੇ 5 ਲੋਕਾਂ ਦੀਆਂ ਲਾਸ਼ਾਂ ਨੂੰ ਵੀ ਰੈਸਕਿਊ ਤੋਂ ਬਾਅਦ ਨਟੀਨ ਹੈਲੀਪੈਡ ਲਿਆਂਦਾ ਗਿਆ। ਜਿਨ੍ਹਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਉਹਨਾਂ ਵਿੱਚੋਂ 8 ਨੂੰ ਹੈਲੀਕਾਪਟਰ ਦੇ ਜ਼ਰੀਏ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ ਤੇ ਨਾਲ ਹੀ 3 ਲੋਕਾਂ ਨੂੰ ਪਟਵਾੜੀ ਦੇ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ। ਫਿਲਹਾਲ 2 ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹੁਣ ਤੁਹਾਨੂੰ ਦੱਸਦਿਆਂ ਕਿ ਇਹ ਲੋਕ ਆਖਿਰ ਇੱਥੇ ਕਿਵੇਂ ਫਸੇ। ਦਰਅਸਲ 29 ਮਈ ਤੋਂ ਇੱਕ 22 ਮੈਂਬਰਾਂ ਦਾ ਟ੍ਰੈਕਿੰਗ ਦਲ ਸਹਸਤਰਾਲ ਟ੍ਰੈਕ ਤੇ ਗਿਆ ਸੀ। ਇਸ ਟ੍ਰੈਕਿੰਗ ਦਲ ਨੂੰ 7 ਜੂਨ ਤੱਕ ਵਾਪਸ ਆਉਣਾ ਸੀ, ਪਰ ਵਾਪਸੀ ਦੇ ਦੌਰਾਨ 2 ਜੂਨ ਨੂੰ ਇਹ ਦਲ ਕੋਖਲੀ ਟੌਪ ਬੇਸ ਕੈਂਪ ਤੇ ਪਹੁੰਚਿਆ ਅਤੇ 3 ਜੂਨ ਨੂੰ ਸਾਰੇ ਹੀ ਸਹਸਤਰਾਲ ਲਈ ਰਵਾਨਾ ਹੋਏ। ਇਸ ਦੌਰਾਨ ਅਚਾਨਕ ਮੌਸਮ ਖਰਾਬ ਹੋ ਗਿਆ, ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਤੇ ਧੁੰਦ ਦੀ ਚਾਦਰ ਹਰ ਪਾਸੇ ਛਾ ਗਈ, ਜਿਸ ਕਾਰਨ ਇਹ ਦਲ ਰਸਤਾ ਭਟਕ ਗਿਆ ਤੇ ਸਹਸਤਰਾਲ ਦੇ ਵਿੱਚ ਹੀ ਫਸ ਗਿਆ, ਜਿਸ ਕਾਰਨ ਖਰਾਬ ਮੌਸਮ ਦੇ ਚੱਲਦੇ 5 ਲੋਕਾਂ ਦੀ ਮੌਤ ਹੋ ਗਈ ਤੇ ਬਾਕੀਆਂ ਨੂੰ ਹੁਣ ਰੈਸਕਿਊ ਆਪਰੇਸ਼ਨ ਦੇ ਜ਼ਰੀਏ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਤਰਕਾਸ਼ੀ ਦੇ ਸਹਸਤਰਾਲ ਦੇ ਟਰੈਕ ਤੇ ਫਸੇ ਹੋਏ ਟਰੈਕਰਸ ਨੂੰ ਬਚਾਉਣ ਲਈ ਰੈਸਕਿਊ ਟੀਮਸ ਤੇ SDRF ਟੀਮ ਨੇ ਹੁਣ ਤੱਕ 10 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ। ਲੋਕਾਂ ਨੂੰ ਰੈਸਕਿਊ ਕਰਨ ਦੇ ਲਈ SDRF ਤੇ ਵਣ ਵਿਭਾਗ ਦੀ ਰੈਸਕਿਊ ਦਲ ਵੱਖ-ਵੱਖ ਦਿਸ਼ਾਵਾਂ ਤੋਂ ਘਟਨਾ ਸਥਾਨ ਤੇ ਪਹੁੰਚੇ। ਦੱਸਣਾ ਬਣਦਾ ਹੈ ਕਿ ਉੱਤਰਾਖੰਡ ਦੇ ਉੱਤਰਕਾਸ਼ੀ 'ਚ 4400 ਮੀਟਰ ਦੀ ਉਚਾਈ ਤੇ ਮੌਜੂਦ ਸਹਸਤਰਾਲ ਟ੍ਰੇਨਿੰਗ ਰੂਟ ਤੇ ਗਏ 22 ਲੋਕਾਂ ਦੇ ਵਿੱਚੋਂ ਠੰਡ ਦੇ ਕਾਰਨ 5 ਦੀ ਮੌਤ ਹੋ ਗਈ ਤੇ ਹੁਣ ਦਲ ਦੇ 13 ਮੈਂਬਰਾਂ ਨੂੰ ਰੈਸਕਿਊ ਕਰ ਲਿਆ ਗਿਆ ਅਤੇ ਫਸੇ ਹੋਏ 4 ਟਰੈਕਰਸ ਦੇ ਲਈ ਰੈਸਕਿਊ ਅਭਿਆਨ ਜਾਰੀ ਹੈ, ਪਰ ਮੌਸਮ ਖਰਾਬ ਹੋਣ ਕਾਰਨ ਰੈਸਕਿਊ ਆਪਰੇਸ਼ਨ ਦੇ ਵਿੱਚ ਦਿੱਕਤ ਆ ਰਹੀ ਹੈ। ਇਸ ਦਲ 'ਚ 18 ਟਰੈਕਰਸ, ਕਰਨਾਟਕ, ਇੱਕ ਮਹਾਰਾਸ਼ਟਰ ਅਤੇ ਬਾਕੀ 3 ਲੋਕਲ ਗਾਈਡ ਸਨ। ਘਟਨਾ 'ਚ ਮਰਨ ਵਾਲੇ 5 ਲੋਕਾਂ ਦੀਆਂ ਲਾਸ਼ਾਂ ਨੂੰ ਵੀ ਰੈਸਕਿਊ ਤੋਂ ਬਾਅਦ ਨਟੀਨ ਹੈਲੀਪੈਡ ਲਿਆਂਦਾ ਗਿਆ। ਜਿਨ੍ਹਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਉਹਨਾਂ ਵਿੱਚੋਂ 8 ਨੂੰ ਹੈਲੀਕਾਪਟਰ ਦੇ ਜ਼ਰੀਏ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ ਤੇ ਨਾਲ ਹੀ 3 ਲੋਕਾਂ ਨੂੰ ਪਟਵਾੜੀ ਦੇ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ। ਫਿਲਹਾਲ 2 ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹੁਣ ਤੁਹਾਨੂੰ ਦੱਸਦਿਆਂ ਕਿ ਇਹ ਲੋਕ ਆਖਿਰ ਇੱਥੇ ਕਿਵੇਂ ਫਸੇ। ਦਰਅਸਲ 29 ਮਈ ਤੋਂ ਇੱਕ 22 ਮੈਂਬਰਾਂ ਦਾ ਟ੍ਰੈਕਿੰਗ ਦਲ ਸਹਸਤਰਾਲ ਟ੍ਰੈਕ ਤੇ ਗਿਆ ਸੀ। ਇਸ ਟ੍ਰੈਕਿੰਗ ਦਲ ਨੂੰ 7 ਜੂਨ ਤੱਕ ਵਾਪਸ ਆਉਣਾ ਸੀ, ਪਰ ਵਾਪਸੀ ਦੇ ਦੌਰਾਨ 2 ਜੂਨ ਨੂੰ ਇਹ ਦਲ ਕੋਖਲੀ ਟੌਪ ਬੇਸ ਕੈਂਪ ਤੇ ਪਹੁੰਚਿਆ ਅਤੇ 3 ਜੂਨ ਨੂੰ ਸਾਰੇ ਹੀ
ਸਹਿਸਤਰਾਲ ਲਈ ਰਵਾਨਾ ਹੋਏ। ਇਸ ਦੌਰਾਨ ਅਚਾਨਕ ਮੌਸਮ ਖਰਾਬ ਹੋ ਗਿਆ, ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਤੇ ਧੁੰਦ ਦੀ ਚਾਦਰ ਹਰ ਪਾਸੇ ਛਾ ਗਈ, ਜਿਸ ਕਾਰਨ ਇਹ ਦਲ ਰਸਤਾ ਭਟਕ ਗਿਆ ਤੇ ਸਹਿਸਤਰਾਲ ਦੇ ਵਿੱਚ ਹੀ ਫਸ ਗਿਆ, ਜਿਸ ਕਾਰਨ ਖਰਾਬ ਮੌਸਮ ਦੇ ਚਲਦੇ 5 ਲੋਕਾਂ ਦੀ ਮੌਤ ਹੋ ਗਈ ਤੇ ਬਾਕੀਆਂ ਨੂੰ ਹੁਣ ਰੈਸਕਿਊ ਆਪਰੇਸ਼ਨ ਦੇ ਜ਼ਰੀਏ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।